ਰੋਜ਼ਾਨਾ ਦੀ ਤਰ੍ਹਾਂ ਸਤਿਗੁਰਾਂ ਦੇ ਸੋਹਣੇ ਦਰਬਾਰ ਦੇ ਵਿੱਚ ਹਾਜ਼ਰ ਹੋ ਕਰਕੇ ਚੱਲ ਰਹੇ ਗੁਰਬਾਣੀ ਦੇ ਅਖੰਡ ਪ੍ਰਵਾਹ ਕਥਾ ਕੀਰਤਨ ਇਤਿਹਾਸਕ ਵਾਰਾਂ ਦੇ ਵਿਚਾਰਾਂ ਨੂੰ ਸਰਵਣ ਕਰਕੇ ਆਪਾਂ ਸਾਰੇ ਮੁਖਾ ਦੇਵ ਦਾ ਲਾਹਾ ਪ੍ਰਾਪਤ ਕਰ ਰਹੇ ਹਾਂ। ਔਰ ਸਤਿਗੁਰਾਂ ਨੇ ਇਸੇ ਲਾਹੇ ਨੂੰ ਗੁਰਬਾਣੀ ਦੇ ਵਿੱਚ ਥਾਂ ਥਾਂ ਦੇ ਉੱਤੇ ਗੁਰੂ ਦੀ ਸੰਗਤ ਉਚਾਰਨ ਕੀਤਾ ਹੈ। ਪਹਿਲਾਂ ਸੁਚੇਤ ਕਰਦੇ ਨੇ ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਚਿੱਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਤੇ ਇੱਕ ਜਗ੍ਹਾ ਇਹ ਵੀ ਗੱਲ ਜਿਹੜੀ ਆਪਾਂ ਵਾਰ ਵਾਰ ਦੁਹਰਾਉਂਦੇ ਹਾਂ, ਭਾਈ ਪ੍ਰਾਪਤ ਮਨੁੱਖ ਦੇ ਹੋਰੀ ਗਿਆ ਗੋਬਿੰਦ ਮਿਲਣ ਦੀ ਇਹ ਮੇਰੀ ਬੜੀਆ ਅਵਰ ਕਾਜ, ਤੇਰੇ ਕਿਤੇ ਨਾ ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਹਾਰਾਜ ਨੇ ਵਾਰ ਵਾਰ ਕਰਮਾਂ ਵਾਲੇ ਨਾਮ ਦੀ ਗੱਲ ਕਿਉਂ ਕੀਤੀ? ਉੱਚੇ ਉੱਪਰ ਉੱਚਾ ਨਾਉ, ਵੇਖੋ ਇੱਕ ਦਿਨ ਏਦਾਂ ਹੀ ਕੁਝ ਗੁਰਮੁਖਾਂ ਦੇ ਵਿੱਚ ਬੈਠੇ ਕਹਿੰਦੇ ਸੰਸਾਰ ਦੇ ਵਿੱਚ ਸਭ ਤੋਂ ਵੱਡੀ ਨਿਆਮਤ ਕਿਹੜੀ? ਧਿਆਨ ਦੇਣ ਦਾ ਯਤਨ ਕਰਿਓ, ਗੁਰੂ ਕੀ ਸੰਗਤ ਸਭ ਤੋਂ ਪਹਿਲਾਂ ਲੈ। ਇੱਕ ਮਹਾਂਪੁਰਸ਼ ਰੱਬ ਦਾ ਪਿਆਰਾ ਕਹਿੰਦਾ ਹੈ ਕਿ ਜ਼ਿੰਦਗੀ ਹੈ ਇੱਕ ਨਿਆਮਤ, ਤੇ ਸਤਿਗੁਰੂ ਜੀ ਬਾਣੀ ਦੇ ਵਿੱਚ ਕਹਿੰਦੇ ਨੇ ਮਾਨਸ ਜਨਮ ਦਲੰਬ ਹੈ ਹੋਏ ਨਾ ਬਾਰਾਂ। ਇਸ ਮਨੁੱਖਾ ਦੇਹੀ ਦੇ ਵਿੱਚ ਧਰਤੀ ਦੇ ਉੱਤੇ ਇਸ ਮਾਤ ਲੋਕ ਦੇ ਵਿੱਚ ਆਉਣਾ, ਕਿਉਂਕਿ ਬਾਬੇ ਦੀ ਬਾਣੀ ਇਹ ਗੱਲ ਕਹਿੰਦੀ ਹੈ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ। ਅਜਿਹਨਾਂ ਨੂੰ ਦੇਵੀਆਂ ਦੇਵਤੇ ਲੋਕ ਕਹਿੰਦੇ ਨੇ ਨਾ, ਜੇ ਕੋਈ ਹੈ, ਕਿਉਂਕਿ ਜਿਹੜੀ ਗੱਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਨੇ ਕਹਿ ਦਿੱਤੀ, ਦੁਨੀਆਂ ਦਾ ਕੋਈ ਵੱਡੇ ਤੋਂ ਵੱਡਾ ਵਿਦਵਾਨ ਵੀ ਉਸ ਗੱਲ ਦੇ ਉੱਤੇ ਕਿੰਤੂ ਨਹੀਂ ਕਰ ਸਕਦਾ, ਕਿਉਂਕਿ ਬਾਣੀ ਸੱਚ ਸੀ ਸੱਚ ਹੈ ਔਰ ਸੱਚ ਰਹਿਣੀ ਆ। ਗੱਜ ਕੇ ਆਖੋ ਸਤਨਾਮ। ਦੇਵੀਆਂ ਦੇਵਤੇ ਤਰਸਦੇ ਨੇ ਕਰਮਾਂ ਵਾਲੇ ਇਸ ਮਨੁੱਖਾ ਦੇਹੀ ਨੂੰ, ਸਭ ਤੋਂ ਵੱਡੀ ਨਿਆਮਤ ਕਰਮਾਂ ਦੇ ਭਾਗਾਂ ਵਾਲੇ ਮਨੁੱਖਾ ਦੇਹੀ ਹੈ। ਪਰ ਅਸੀਂ ਦੁਨਿਆਵੀ ਲੋਕ ਜੇ ਦੁਨਿਆਵੀ ਤੌਰ ਦੇ ਉੱਤੇ ਦੇਖ ਲਈਏ, ਕਿਸੇ ਨੇ ਮਾਇਆ ਨੂੰ ਵੱਡੀ ਆਖਿਆ, ਕਿਸੇ ਨੇ ਚੌਧਰ ਨੂੰ ਵੱਡੀ ਆਖਿਆ, ਕਿਸੇ ਨੇ ਜਾਇਦਾਦ ਨੂੰ ਵੱਡੀ ਆਖਿਆ, ਅਖੀਰ ਸਾਰਿਆਂ ਨੇ ਮੇਰੇ ਵੱਲ ਇਸ਼ਾਰਾ ਕੀਤਾ। ਮੈਨੂੰ ਕਹਿੰਦੇ ਗਿਆਨੀ ਕੀ ਤੁਸੀਂ ਕਹਿਣਾ ਚਾਹੁੰਦੇ ਹੋ? ਮੈਂ ਕਿਹਾ ਗਿਆਨੀ ਕਹਿੰਦੇ ਨੇ ਗਿਆਨਵਾਨ ਬੰਦੇ ਨੇ, ਤੇ ਗਿਆਨ ਕਿਹੜਾ? ਇਹਦਾ ਕਰਮਾਂ ਵਾਲੇ ਉਹ ਸਤਿਗੁਰੂ ਦੀ ਕਿਰਪਾ ਤੋਂ ਬਗੈਰ ਬੰਦੇ ਦੀ ਝੋਲੀ ਵਿੱਚ ਨਹੀਂ ਪੈਂਦਾ। ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼।
ਮੈਂ ਕਿਹਾ ਵੀ ਤੁਸੀਂ ਕੀ ਕਹਿੰਦੇ ਹੋ ਮਾਫ ਕਰਨਾ ਗੁਰੂ ਕੋਈ ਸੰਗਤ ਕਹਿੰਦੇ ਵੀ ਅਸੀਂ ਤੇ ਮਾਇਆ ਨੂੰ ਵੱਡੀ ਮੰਨਦੇ ਹਾਂ ਕਿ ਮਾਇਆ ਬਹੁਤ ਵੱਡੀ ਮੈਂ ਕਿਹਾ ਗੱਲ ਮਾਇਆ ਨਹੀਂ ਵੱਡੀ ਕਰਮਾਂ ਵਾਲਿਓ ਮਾਇਆ ਤੋਂ ਵੱਡਾ ਹੈ ਪਦਾਰਥ ਕਿਸੇ ਬੰਦੇ ਨੂੰ ਭੁੱਖ ਲੱਗੀ ਹੈ ਉਹਦੀ ਜੇਬ ਦੇ ਵਿੱਚ $1,00,000 ਹੈ ਪਰ ਉਹ ਚਾਰ ਚੁਫੇਰੇ ਨੂੰ ਪਾਣੀ ਦੇ ਵਿੱਚ ਘਿਰਿਆ ਹੋਇਆ ਹੈ ਉਹਨੂੰ ਭੁੱਖ ਲੱਗੀ ਹੈ ਉਹ ਡਾਲਰਾਂ ਨੂੰ ਚੱਕ ਨਹੀਂ ਮਾਰੇ ਉਹ ਗੱਲ ਵੱਖਰੀ ਹੈ ਕਿ ਪਦਾਰਥ ਮਾਇਆ ਦਾ ਆਉਂਦਾ ਹੈ ਪਰ ਕਰਮਾਂ ਵਾਲਿਓ ਮਾਇਆ ਵੱਡੀ ਨਹੀਂ ਮਾਇਆ ਦੇ ਨਾਲੋਂ ਪਦਾਰਥ ਵੱਡਾ ਉਹਨਾਂ ਬੰਦਿਆਂ ਨੂੰ ਮੰਨਣਾ ਪੈ ਦੂਸਰੇ ਦਿਨ ਕਰਮਾਂ ਵਾਲੇ ਉਹ ਫਿਰ ਇਕੱਠੇ ਹੋ ਗਏ ਗੱਲ ਫਿਰ ਉੱਥੋਂ ਚੱਲ ਪਈ ਕਹਿਣ ਲੱਗੇ ਪਦਾਰਥ ਦੇ ਨਾਲੋਂ ਕਿਹੜੀ ਚੀਜ਼ ਵੱਡੀ ਹੈ ਤੇ ਗੱਲ ਪਹਿਲੇ ਦਿਨ ਵੀ ਇੱਥੇ ਹੀ ਚੱਲੀ ਮੈਂ ਕਿਹਾ ਵੀ ਜਿਹੜੇ ਬੰਦੇ ਨੇ ਇਹ ਗੱਲ ਪੁੱਛਣੀ ਹੈ ਨਾ ਕਿ ਕਿਹੜੀ ਵਸਤੂ ਵੱਡੀ ਹੈ ਉਹ ਪਹਿਲਾਂ ਕਿਲੋ ਗਜਰੇਲਾ ਮੰਗਵਾ ਨਾਲੇ ਗਜਰੇਲਾ ਖਾ ਰਹੇ ਆ ਨਾਲੇ ਹੱਸ ਰਹੇ ਆ ਤੇ ਕਹਿੰਦੇ ਦੱਸੋ ਗਿਆਨੀ ਜੀ ਕਿਹੜੀ ਚੀਜ਼ ਵੱਡੀ ਆ ਮੈਂ ਕਿਹਾ ਵੀ ਤੁਹਾਨੂੰ ਪਤਾ ਨਹੀਂ ਲੱਗਾ ਹਾਲੇ ਕਹਿੰਦੇ ਬਿਹਾਰ ਤੋਂ ਆਉਂਦੇ ਹੋ ਅਸਲੀਅਤ ਦੱਸੋ ਮੈਂ ਕਿਹਾ ਵੱਡਾ ਇਹ ਆ ਪਦਾਰਥ ਜਿਹੜਾ ਆਪਾਂ ਛੱਕ ਰਹੇ ਹਾਂ ਤੇ ਦੂਜੇ ਦਿਨ ਉਹਨਾਂ ਨੇ ਸਮਝਿਆ ਵੀ ਇਸ ਗੱਲ ਵਿੱਚੋਂ ਕੋਈ ਗਿਆਨ ਮਿਲਿਆ ਜਦੋਂ ਆਪਾਂ ਸਤ ਸੰਗੀ ਬਣਦੇ ਆ ਨਾ ਕਰਮਾਂ ਵਾਲੇ ਉਹ ਸਤ ਸੰਗ ਦੇ ਵਿੱਚੋਂ ਸਾਨੂੰ ਇੱਕ ਬੜਾ ਵੱਡਾ ਗਿਆਨ ਮਿਲਦਾ ਹੈ ਗਿਆਨ ਤੇ ਸਤ ਸੰਗ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਦੇ ਵਿੱਚ ਹੋਣਾ ਹੈ ਉਹੋ ਜਿਹਾ ਆਨੰਦ ਤੇ ਫਿਰ ਕਿਤੇ ਦੁਨੀਆਂ ਵਿੱਚ ਹੋ ਹੀ ਨਹੀਂ ਸਕਦਾ ਕਿਉਂਕਿ ਇੱਥੇ ਉਹ ਗੱਲ ਹੋਣੀ ਹੈ ਸਾਡੀ ਰਸਨਾ ਤੋਂ ਵੀ ਉਹ ਵੀ ਨਿਕਲਣੀ ਹੈ ਤੁਹਾਡਿਆਂ ਕੰਨਾਂ ਨੇ ਵੀ ਉਹੀ ਸੁਣਨੀ ਹੈ ਜਿਹੜੀ ਮੇਰੇ ਗੁਰੂ ਨੂੰ ਭਾਉਂਦੀ ਹੈ ਦੂਜੀ ਗੱਲ ਬੰਦਾ ਕਰ ਨਹੀਂ ਸਕਦਾ ਸੱਚੇ ਸਤਿਗੁਰ ਦੀ ਹਜ਼ੂਰੀ ਅੰਦਰ ਕਹਿੰਦੇ ਭਾਜੀ ਕੱਲ੍ਹ ਇੱਕ ਬੜਾ ਵੱਡਾ ਗਿਆਨ ਮਿਲਿਆ ਸੀ ਕਿ ਮਾਇਆ ਦੇ ਨਾਲੋਂ ਪਦਾਰਥ ਵੱਡਾ ਤੇ ਅੱਜ ਮੈਂ ਪੁੱਛਣਾ ਚਾਹੁੰਦਾ ਇੱਕ ਬੰਦਾ ਬੋਲਿਆ ਕਹਿੰਦਾ ਗਿਆਨੀ ਜੀ ਪਦਾਰਥ ਦੇ ਨਾਲੋਂ ਕਿਹੜੀ ਚੀਜ਼ ਵੱਡੀ ਹੈ ਧਿਆਨ ਦਿਓ ਕਰਮਾਂ ਵਾਲੇ ਮੈਂ ਕਿਹਾ ਗੁਰਮੁਖਾ ਜੇ ਤੂੰ ਪੁੱਛਣਾ ਚਾਹੁੰਦਾ ਹੈ ਕਿ ਅੱਜ ਤੂੰ ਇੱਕ ਕਿਲੋ ਗਜਰੇਲਾ ਮੰਗਵਾ ਲਾ ਕਹਿੰਦਾ ਭਾਜੀ ਇਹ ਕਿਹੜੀ ਗੱਲ ਹੈ ਜੇ ਇੱਕ ਕਿਲੋ ਗਜਰੇਲੇ ਦੇ ਨਾਲ ਆਪਾਂ ਨੂੰ ਐਡਾ ਵੱਡਾ ਗਿਆਨ ਮਿਲ ਸਕਦਾ ਪਦਾਰਥ ਖਾ ਕੇ ਆਏ ਪਦਾਰਥ ਛੱਡਣ ਲੱਗ ਪਏ ਆ ਛਕਦਿਆਂ ਛਕਦਿਆਂ ਕਹਿੰਦਾ ਭਾਜੀ ਦੱਸੋ ਗਿਆਨੀ ਜੀ ਦੱਸੋ ਫਿਰ ਪਦਾਰਥ ਨਾਲੋਂ ਕਿਹੜੀ ਚੀਜ਼ ਵੱਡੀ ਹੈ ਮੈਂ ਕਿਹਾ ਭਲਿਆ ਪੁਰਸ਼ਾ ਪਦਾਰਥ ਨੂੰ ਵੱਡੀ ਹੈ ਤੰਦਰੁਸਤੀ ਡਾਇਬਟੀਜ਼ ਵਾਲਾ ਬੰਦਾ ਸ਼ੂਗਰ ਵਾਲਾ ਬੰਦਾ ਗਜਰੇਲਾ ਨਹੀਂ ਖਾ ਸਕਦਾ ਟ੍ਰਾਈਗਲਿਸਟਰ ਵਾਲਾ ਬੰਦਾ ਗਜਰੇਲਾ ਨਹੀਂ ਖਾ ਸਕਦਾ ਹਾਈ ਬਲੱਡ ਪ੍ਰੈਸ਼ਰ ਵਾਲਾ ਬੰਦਾ ਜਿਹਨੂੰ ਅੰਤੜੀ ਦੀ ਪ੍ਰੋਬਲਮ ਹੈ ਉਹ ਹੈਵੀ ਡਾਇਟ ਇਹ ਗਜਰੇਲਾ ਨਹੀਂ ਖਾ ਸਕਦਾ ਕਹਿੰਦਾ ਗੱਲ ਨਿੱਕੀ ਜੀ ਹੁੰਦੀ ਹੈ ਉਹਦੇ ਵਿੱਚੋਂ ਗਿਆਨ ਬੜਾ ਵੱਡਾ ਪ੍ਰਾਪਤ ਹੋ ਜਾਂਦਾ ਹੈ ਸਮਝਣ ਵਾਲੀ ਇਹ ਗੱਲ ਕਰਮਾਂ ਵਾਲਿਓ ਇਸ ਦੇਹੀ ਕੋ ਸਿਮਰੀ ਦੇਵ ਮਾਇਆ ਦੇ ਨਾਲੋਂ ਪਦਾਰਥ ਵੱਡਾ ਏ ਤੇ ਪਦਾਰਥ ਦੇ ਨਾਲੋਂ ਤੰਦਰੁਸਤੀ ਵੱਡੀ ਹੈ ਤੇ ਤੀਜੇ ਦਿਨ ਇੱਕ ਹੋਰ ਬੰਦਾ ਰਲ ਗਿਆ ਕਹਿੰਦਾ ਭਾਜੀ ਫਿਰ ਏਦਾਂ ਦੱਸੋ ਵੀ ਤੰਦਰੁਸਤੀ ਨਾਲੋਂ ਕੌਣ ਵੱਡਾ ਹੈ ਗੱਲ ਜਿੱਥੋਂ ਸਟਾਰਟ ਹੁੰਦੀ ਉੱਥੇ ਜਾ ਕੇ ਖਤਮ ਹੋ ਜਾਂਦੀ ਕਰਮਾਂ ਵਾਲਿਓ ਤੀਜੇ ਦਿਨ ਵੀ ਸਿਆਲ ਜੀ ਵੇਲੇ ਗਜਰੇਲਾ ਮੰਗਵਾ ਲਿਆ ਛੱਕ ਕੇ ਆਖਿਆ ਭਾਈ ਤੰਦਰੁਸਤੀ ਨਾਲੋਂ ਤੰਦਰੁਸਤੀ ਦੇਣ ਵਾਲਾ ਵੱਡਾ ਮੈਨੂੰ ਕਹਿੰਦੇ ਹੱਸ ਕੇ ਬੰਦੇ ਪੜ੍ਹੇ ਲਿਖੇ ਸੀ ਕਹਿੰਦੇ ਗਿਆਨੀ ਜੀ ਹੁਣ ਬ੍ਰੇਕ ਲੱਗ ਜਾਂਦਾ ਤੰਦਰੁਸਤੀ ਨਾਲੋਂ ਜੇ ਤੰਦਰੁਸਤੀ ਦੇਣ ਵਾਲਾ ਵੱਡਾ ਹੈ ਤੇ ਤੰਦਰੁਸਤੀ ਦੇਣ ਵਾਲਾ ਤੇ ਉਹ ਅਕਾਲ ਪੁਰਖ ਮੈਂ ਕਿਹਾ ਵੀਰੋ ਇੱਥੇ ਮੈਂ ਤੁਹਾਨੂੰ ਲਿਜਾਣਾ ਚਾਹੁੰਦਾ ਸੀ ਪਰ ਉਹਦੇ ਨਾਲੋਂ ਵੀ ਕੁਝ ਵੱਡਾ ਹੈ ਇੱਕ ਵਾਰੀ ਗੱਜ ਕੇ ਆਖੋ ਸਤਨਾਮ ਉਹ ਬੰਦੇ ਹੈਰਾਨ ਹੋ ਗਏ ਕਹਿੰਦੇ ਵੀ ਮਾਇਆ ਨਾਲੋਂ ਪਦਾਰਥ ਵੱਡਾ ਹੈ ਪਦਾਰਥ ਦੇ ਨਾਲੋਂ ਤੰਦਰੁਸਤੀ ਵੱਡੀ ਹੈ ਕਿਉਂਕਿ ਪਦਾਰਥ ਨੂੰ ਤੰਦਰੁਸਤ ਬੰਦਾ ਛੱਕ ਸਕਦਾ ਹੈ ਬਿਮਾਰ ਨਹੀਂ ਤੇ ਤੰਦਰੁਸਤੀ ਨਾਲੋਂ ਤੰਦਰੁਸਤੀ ਦੇਣ ਵਾਲਾ ਪਰਮਾਤਮਾ ਵੱਡਾ ਹੈ ਪਰ ਪਰਮਾਤਮਾ ਦੇ ਨਾਲੋਂ ਕਿਹੜੀ ਚੀਜ਼ ਵੱਡੀ ਹੋ ਸਕਦੀ ਹੈਰਾਨ ਹੋ ਗਏ ਸਾਰੇ ਜਿਹੜੇ ਜਿਹੜੇ ਮੈਂ ਕਿਹਾ ਜੇ ਕਿਤੇ ਬਾਣੀ ਪੜ੍ਹਦੇ ਹੋਵੋ ਨਾ ਕਿਤੇ ਸਤਸੰਗ ਕਰਦੇ ਹੋਵੋ ਕਿਤੇ ਗੁਰੂ ਘਰ ਦੇ ਵਿੱਚ ਜਾਂਦੇ ਹੋਵੋ ਕਿਸੇ ਵਿਦਵਾਨ ਦੇ ਕੋਲ ਬਹਿੰਦੇ ਹੋਵੋ ਤੇ ਤੁਹਾਨੂੰ ਪਤਾ ਲੱਗੇ ਤੰਦਰੁਸਤੀ ਦੇ ਨਾਲੋਂ ਵਾਹਿਗੁਰੂ ਤੰਦਰੁਸਤੀ ਦੇਣ ਵਾਲਾ ਵੱਡਾ ਹੈ ਪਰ ਤੰਦਰੁਸਤੀ ਦੇਣ ਵਾਲੇ ਦੇ ਨਾਲੋਂ ਉਹਦਾ ਨਾਮ ਵੱਡਾ ਹੈ ਗੁਰੂ ਜੀ ਕਹਿੰਦੇ ਨੇ ਉੱਚੇ ਉੱਪਰ ਉੱਚਾ ਨਾਮ ਕੌਣ ਵੱਡਾ
पर मैं रिपीट करना चाहना कलगिया वाले ने कुछ सिंह लै भैनों की योजना ध्यान दियो आ गया सतल दरिया के कंधे से क्योंकि श्री आनंदपुर साहब के कोल भी वगदा महाराज ने कहते पत्थर पानी में डुब गया महाराज ने दूजे को पुछया कहते तू दस पत्थर क्यों डुबिया कहता सतगुरु जी मैं भी इस बंदे सहमत हाँ पर जे यदि गल तुहानू चंगी नहीं लगी कि पत्थर पानी में डुब जाता है पत्थर का सुभा डुब जाना है मैं उस गल को उल्ट करके कह देना पानी का सुभा भारी वस्तु अपने डुबो नहीं है पत्थर भारा से पानी ने अपने डुबो दे दिमाग जिहड़ा गुरु के चरणा दे नाल जोड़ के गुरु की गल नूं सुनना तां जाके कदे ज्ञान दी प्राप्ति हुंदी है इह एवें नहीं प्राप्त हुंदा ਉਹਨਾਂ ਬੰਦਿਆਂ ਨੇ ਕਦੇ ਸਤਸੰਗ ਨਹੀਂ ਸੀ ਕੀਤਾ ਸਤਸੰਗੀ ਹੁੰਦੇ ਤੇ ਗੁਰੂ ਗੱਲ ਕੀ ਧਰਤੀ ਉੱਤਰ ਦਾ ਜਵਾਬ ਦਿੰਦੇ ਵਾਹਿਗੁਰੂ ਸਵਾਲ ਦਾ ਉੱਤਰ ਦਿੰਦੇ ਮਹਾਰਾਜ ਕਹਿੰਦੇ ਪੁੱਤਰ ਦਇਆ ਸਿਆ ਹੁਣ ਤੂੰ ਦੱਸ ਪਾਣੀ ਕਿਉਂ ਡੁੱਬਿਆ ਵਾਹਿਗੁਰੂ ਪੱਥਰ ਕਿਉਂ ਡੁੱਬਿਆ ਦਇਆ ਸਿੰਘ ਸਿਆਣਾ ਬੜਾ ਸੀ ਬਾਜਾ ਬੜਿਆ ਮੈਂ ਨਹੀਂ ਜਾਣਦਾ ਕਿ ਪੱਥਰ ਦਾ ਸੁਭਾਅ ਹੈ ਪਾਣੀ ਵਿੱਚ ਡੁੱਬ ਜਾਣਾ ਜਾਂ ਪਾਣੀ ਦਾ ਸੁਭਾਅ ਹੈ ਪੱਥਰ ਨੂੰ ਆਪਣੇ ਵਿੱਚ ਡੁਬੋ ਦੇਣਾ ਸਤਿਗੁਰੂ ਕਹਿੰਦੇ ਪੁੱਤਰਾ ਤੂੰ ਕੀ ਜਾਣਦਾ ਹੈ ਕਹਿੰਦਾ ਸੱਚ ਤਾਂ ਇਹ ਹੈ ਕਿ ਜਿਹੜਾ ਤੇਰੇ ਹੱਥੋਂ ਛੁੱਟ ਗਿਆ ਉਹਨੇ ਡੁੱਬਣਾ ਹੈ ਗੱਜ ਕੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਜਿਹੜਾ ਤੇਰੇ ਹੱਥੋਂ ਛੁੱਟ ਗਿਆ ਨਾ ਉਹ ਪੱਥਰ ਤੇਰੇ ਹੱਥੋਂ ਛੁੱਟ ਗਿਆ ਰਿੜਦਾ ਤਾਂ ਜਾ ਕੇ ਪਾਣੀ ਵਿੱਚ ਡਿੱਗਾ ਤੇ ਮਹਾਰਾਜ ਪਾਣੀ ਨੇ ਉਹ ਡੁੱਬੋ ਲਿਆ ਜਿਹੜਾ ਤੇਰੇ ਹੱਥੋਂ ਛੁੱਟ ਗਿਆ ਉਹਨੇ ਡੁੱਬਣਾ ਹੀ ਡੁੱਬਣਾ ਹੈ ਇਸ ਕਰਕੇ ਕਰਮਾ ਵਾਲੀਓ ਗੁਰੂ ਪਿਤਾ ਦੇ ਪਾਵਨ ਚਰਨਾਂ ਵਿੱਚ ਆਈਆਂ ਗੁਰੂ ਨੇ ਇੱਕ ਗਿਆਨ ਦਿੱਤਾ ਮਾਨਸਿਕ ਤੌਰ ਦੇ ਕੋਲ ਮੇਰੇ ਕੋਲ ਭੈਣੋ ਗਿਆਨ ਸੀ ਉਹਨੇ ਆਪਣੇ ਸਾਰੇ ਗੁਰੂ ਦੇ ਦਰਸ਼ਨ ਕੀਤੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨੇ ਆਪਣੇ ਪਤੀ ਗੁਰੂ ਦੀ ਸੇਵਾ ਕੀਤੀ ਸੀ ਨਾਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਉਹਨੇ ਇੱਕ ਇਹੋ ਜਿਹੇ ਅਣਖੀ ਪਿਤਰ ਨੂੰ ਜਨਮ ਦਿੱਤਾ ਸੀ ਜਿਹੜਾ ਕੌਮਾਂ ਦੀਆਂ ਤਕਦੀਰਾਂ ਬਦਲਣ ਵਾਸਤੇ ਤੇ ਹਿੰਦ ਨੂੰ ਪੂਰੀ ਦੁਨੀਆ ਦੇ ਵਿੱਚ ਉੱਚਾ ਚੱਕਣ ਵਾਸਤੇ ਧਰਤੀ ਦੇ ਉੱਤੇ ਆਇਆ ਕੋਈ ਆਪਣੇ ਮਸੂਮ ਪੋਤਿਆਂ ਦੀ ਹਾਲਤ ਵੇਖ ਕੇ ਕਿਉਂ ਡੋਲ ਜਾਂਦੀ ਕਿਉਂ ਖੜਕ ਜਾਂਦੀ ਜਦੋਂ 12 ਪੋਹ ਆਉਂਦਾ ਹੈ ਆ ਪੋਹ ਦਾ ਮਹੀਨਾ ਜਿਹੜੇ ਕਰਮਾਂ ਵਾਲਿਓ ਸਰਹੰਦ ਦੇ ਲਾਗੇ ਲਾਗੇ ਦੇ 80 ਪਿੰਡ ਨੇ ਨਾ ਇਹ ਐਵੇਂ ਪੜੀਆਂ ਹੋਈਆਂ ਗੱਲਾਂ ਨਹੀਂ ਜਾਂ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਇਹਨਾਂ ਅੱਖਾਂ ਨਾਲ ਦੇਖੀਆਂ ਗੱਲਾਂ ਨਹੀਂ ਅੱਜ ਵੀ ਉਹਨਾਂ ਪਿੰਡਾਂ ਦੇ ਵਿੱਚ ਕਰਮਾਂ ਵਾਲੇ ਤੁਹਾਡੇ ਕੋਲ ਵੀ ਕਈ ਲੋਕ ਉਸ ਇਲਾਕੇ ਦੇ ਹੋਣਗੇ ਮੇਰੀ ਕੋਈ ਭੈਣੋ ਸਿਆਣੇ ਬਜ਼ੁਰਗ ਜਿਹੜੇ ਨੇ ਉਹ ਮੰਜਾ ਨਹੀਂ ਲਾਉਂਦੇ ਬਿਸਤਰਾ ਨਹੀਂ ਵਿਛਾਉਂਦੇ ਉਹ ਜਿਹੀ ਆਸਾਂ ਲਾ ਦਿੰਦੇ ਆ
ਕਿਸੇ ਵੀ ਘਰ ਦੇ ਵਿੱਚ ਤੜਕਾ ਨਹੀਂ ਉਹ ਲੱਗਦਾ। ਬੱਚੇ ਕਹਿੰਦੇ ਨੇ ਮਾਤਾ ਜੀ ਰੋਜ਼ ਹੀ ਦਾਲ ਬਣਾ ਦਿੰਦੇ ਹੋ, ਕੋਈ ਸਬਜ਼ੀ ਬਣਾਓ। ਤੇ ਫਿਰ ਦਾਦੀ ਮਾਂ ਬੱਚਿਆਂ ਨੂੰ ਗਲ ਨਾਲ ਲਾੜ ਕੇ ਕਹਿੰਦੀ ਹੈ, ਮੇਰੇ ਬੱਚਿਓ ਸ਼ੁਕਰ ਕਰੋ ਉਸ ਪਰਮਾਤਮਾ ਦਾ, ਦਾਲ ਦੇ ਨਾਲ ਰੋਟੀ ਮਿਲ ਜਾਂਦੀ ਹੈ। ਔਰ ਮਹਾਗੁਰੀ ਦੇ ਸਾਹਿਬਜ਼ਾਦਿਆਂ ਨੂੰ ਤੇ ਕਿਸੇ ਦਾਲ ਨਾਲ ਵੀ ਰੋਟੀ ਨਹੀਂ ਸੀ ਦਿੱਤੀ। ਪੋਹੇ ਮਹੀਨੇ ਵਿੱਚ ਗੱਜ ਕੇ ਕਹਿ ਦਿਓ ਸਤਨਾਮ। ਅੱਜ ਮੈਂ ਜਿੰਨਾ ਵੀ ਤੁਹਾਡੇ ਚਰਨਾਂ ਵਿੱਚ ਗਾਉਣਾ ਹੈ ਨਾ, ਨੌ ਰਸਮੀ ਕਰਮਾਂ ਵਾਲੇ ਢਾਡੀ ਸਾਜੇ ਦੇ ਛੇਵੇਂ ਪਾਤਸ਼ਾਹ ਨੇ ਪੀਰ ਰਸ ਵਾਸਤੇ, ਪਰ ਜਦੋਂ ਕੁਰਬਾਨੀਆਂ ਦਾ ਦੌਰ ਚੱਲਿਆ ਤੇ ਕਰਮਾਂ ਵਾਲੇ ਢਾਡੀਆਂ ਨੇ ਵਿਰਾਗ ਰਸ ਨਾਲ ਤੋੜੇ। ਮੈਂ ਵਿਰਾਗ ਰਸ ਦੀਆਂ ਦੋ ਕਵਿਤਾ ਤੁਹਾਨੂੰ ਸੁਣਾਉਣੀਆਂ, ਇੱਕ ਮਾਂ ਗੁਜਰੀ ਦੀ ਕਵਿਤਾ ਹੈ ਤੇ ਇੱਕ ਸਰਹੱਦ ਦੀ ਖੂਨੀ ਦੀਵਾਰ ਦੀ ਕਵਿਤਾ ਹੈ। ਇਸ ਕਰਕੇ ਐਨ ਦਿਲ ਖੰਭ ਕੇ ਗੁਰੂ ਪਿਤਾ ਦੇ ਚਰਨਾਂ ਦਾ ਧਿਆਨ ਭਰ ਕੇ ਬੈਠੋ। ਇਹ ਵੀ ਕੋਈ ਅਕਾਲ ਪੁਰਖ ਦੀ ਭਾਗਾ ਵਾਲੀ ਉਹ ਲੀਲਾ ਹੈ। ਕੱਲ ਆਪਾਂ 1200 ਦੀ ਪੇਸ਼ੀ ਤੱਕ ਪਹੁੰਚੇ ਸੀ, ਸਾਹਿਬਜ਼ਾਦਿਆਂ ਉੱਤੇ ਫਤਵਾ ਲੱਗ ਚੁੱਕਾ ਹੈ, ਪਰ ਮਲੇਰ ਕੋਟਲੇ ਦਾ ਸ਼ੇਰ ਮੁਹੰਮਦ ਖਾਨ ਨਵਾਬ ਕਹਿੰਦਾ ਹੈ, ਕਿਹੜੇ ਕੁਰਾਨ ਵਿੱਚ ਲਿਖਿਆ, ਬੱਚਿਆਂ ਦੇ ਉੱਤੇ ਤਲਵਾਰ ਚਲਾਉਣੀ। ਮੈਂ ਸਰਕਾਰ ਨੂੰ ਅਪੀਲ ਕਰਦਾ, ਬਦਲਾ ਲੈਣੇ ਤੇ ਜਾ ਚੜਕੀ ਵਾਲੇ ਗੁਰੂ ਸੋਝਾਂ ਦੇ ਪੇੜਾਂ ਤੋਂ ਲਵੋ। ਮੈਂ ਤੁਹਾਡੇ ਨਾਲ ਲੜਨ ਮਰਨ ਵਾਸਤੇ ਫੌਜਾਂ ਲੈ ਕੇ ਆਪਣੀਆਂ ਮਲੇਰ ਕੋਟਲੇ ਦੀਆਂ ਗੁਰੂ ਦੀ ਭਾਲ ਵਿੱਚ ਜਾਣ ਵਾਸਤੇ ਤਿਆਰ ਹਾਂ, ਪਰ ਮਾਂ ਗੁਜਰੀ ਨੂੰ ਕੈਦ ਕੀਤਾ ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ? ਨਿੱਕਿਆਂ ਨਿੱਕਿਆਂ ਦੇ ਉੱਤੇ ਇਹੋ ਜਿਹੇ ਫਤਵੇ ਲਾਉਂਦੇ ਆ, ਤੁਹਾਡੇ ਧਰਮ ਨੂੰ ਲਾਂਚ ਨਹੀਂ ਆਉਂਦੀ? ਮਰਦ ਇਹ ਗੱਲ ਕਹਿ ਕੇ ਉੱਠ ਕੇ ਤੁਰ ਜਾਂਦਾ ਹੈ ਤੇ ਵਜ਼ੀਰ ਖਾਂ ਸੋਚਾਂ ਦੇ ਸਾਗਰ ਵਿੱਚ ਡੁੱਬ ਗਿਆ। ਲਾਂਤਾਂ ਪੈਣਗੀਆਂ, ਪਬਲਿਕ ਜਿਹੜੀ ਇਹ ਬਗਾਵਤ ਕਰ ਦੇਵੇਗੀ। ਲੋਕਾਂ ਦੇ ਅੰਦਰ ਦਿਲ ਹੈ, ਦਿਲ ਦੇ ਅੰਦਰ ਕਰਮਾਂ ਵਾਲੀ ਉਹ ਦਰਦ ਹੈ। ਪਰ ਇੱਥੇ ਇੱਕ ਗੱਲ ਸੁਣੋ, ਰੋ ਪਿਆ ਰੁੱਖ ਪਹਾੜੇ ਵਿੱਚ ਦੇਖ ਦਸਤਾ ਤੱਕ ਜਿਹੜਾ ਨੂੰ ਲਾਇਆ ਤੇ ਆਪਣੇ ਨੇ। ਸਾਨੂੰ ਦੁੱਖ ਕਿਹੜੀ ਗੱਲ ਦਾ? ਪੜ੍ਹ ਲਓ ਪ੍ਰਾਪਤ ਸਮਿਆਂ ਤੋਂ ਇਤਿਹਾਸ। ਆ ਜਿਹੜੇ ਇਹਨੇ ਡੌੜੀਆਂ ਪਿੱਟਦੇ ਨਾ, ਹੁਣ ਤੱਕ ਪੰਜਾਬ ਦੇ ਵਿੱਚ ਕਈ ਲੀਡਰ ਤੁਹਾਨੂੰ ਮੂਰਖ ਬਣਾ ਕੇ, ਸਾਨੂੰ ਮੂਰਖ ਬਣਾ ਕੇ ਵੋਟਾਂ ਲਈ ਗਏ। ਪੰਥ ਨੂੰ ਖਤਰਾ, ਕਿਹੜੇ ਪੰਥ ਨੂੰ ਖਤਰਾ? ਇਹ ਪੰਥ ਕਿਤੇ ਕੱਚਾ ਪਿੱਲਾ ਹੈ? ਪੰਥ ਦੀਆਂ ਜਿਹੜਾ ਪਤਾਲ ਦੇ ਵਿੱਚ ਨੇ, ਪੰਥ ਦੇ ਝੰਡੇ ਜਿਹੜੇ ਨੇ ਉੱਚੇ ਝੁਲਦੇ ਨੇ ਕਰਮਾਂ ਵਾਲਿਓ, ਇਹਦੀ ਨਿਊ ਗੁਰੂ ਨਾਨਕ ਨੇ ਰੱਖੀ ਹੈ ਤੇ ਇਹਨੂੰ ਪਿਓ ਦਵਾਈ ਸੀ ਪੰਚਮ ਗੁਰਦੇਵ ਨੇ, ਇਹਨੂੰ ਲਹੂ ਪਾਇਆ ਸੀ ਨੌਵੇਂ ਗੁਰਾਂ ਨੇ ਤੇ ਕੁਰਬਾਨੀਆਂ ਦੀ ਹੱਦ ਕਰਕੇ ਪੋਚਾ ਲਾ ਦਿੱਤਾ ਮੇਰੇ ਕਲਗੀ ਵਾਲੇ ਪ੍ਰੀਤਮ ਪਾਤਸ਼ਾਹ ਨੇ। ਪੰਥ ਨੂੰ ਕੋਈ ਖਤਰਾ ਨਹੀਂ? ਉਹ ਗੱਲ ਵੱਖਰੀ ਹੈ ਕਿ ਇਸ ਨਾਂ ਨਾਲ ਤੁਹਾਨੂੰ ਲੁੱਟਣ ਵਾਲੇ ਇੱਥੇ ਵੀ ਬੜੇ ਆਉਂਦੇ ਆਉਂਦੇ ਆ। ਧਰਮ ਦੇ ਨਾਮ ਦੇ ਉੱਤੇ ਦੁਨੀਆਂ ਨੂੰ ਗੁੰਮਰਾਹ ਕਰਨ ਵਾਲੇ, ਰੋ ਪਿਆ ਰੁੱਖ ਪਹਾੜੇ ਵਿੱਚ ਦੇਖ ਦਸਤਾ ਤੱਕ ਜਿਹੜਾ ਉਹ ਲਾਇਆ ਤੇ ਆਪਣੇ ਨੇ। ਬੁੱਲ ਬੁੱਲ ਰੋ ਪਈ ਮਾਲੀ ਹੱਥ ਦੇ ਸੂਈ ਛੇਕ ਫੁੱਲ ਵਿੱਚ ਪਾਇਆ ਤੇ ਆਪਣੇ। ਉਹ ਕਲਗੀ ਭਰ ਦੇ ਜਿਗਰ ਦੇ ਨਸਤਰਾਂ ਨੂੰ ਅੱਜ 12 ਪੋਹ ਨੂੰ ਫਤਵਾ ਦੁਆਰਾ ਲਵਾਇਆ ਤੇ ਆਪਣੇ ਨੇ। ਕੌਣ? ਸੁੱਚਾ ਨੰਦ ਹਿੰਦੂ। ਇਹ ਉੱਠਿਆ ਕਹਿੰਦਾ ਵਜ਼ੀਰ ਸਾਹਿਬ ਠਹਿਰੋ, ਇਸ ਤੋਂ ਪਹਿਲਾਂ ਕਿ ਇਹਨਾਂ ਬੱਚਿਆਂ ਨੂੰ ਰਿਹਾਈ ਦਾ ਹੁਕਮ ਤੁਸੀਂ ਦੇ ਦਿਓ, ਮੈਂ ਇਹਨਾਂ ਨਾਲ ਇੱਕ ਗੱਲ ਕਰਨੀ ਚਾਹੁੰਦਾ। ਕਰਲਾ ਬਈ ਗੱਲ, ਸਾਹਿਬਜ਼ਾਦਿਆਂ ਦੇ ਕੋਲ ਜਾਂਦਾ ਹੈ, ਕਹਿੰਦਾ ਵੀ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਕਿੱਥੇ ਜਾਓ? ਸ਼ੇਰ ਦੇ ਸੂਰ ਨੇ ਪੁੱਤਰ ਸੀ ਘਬਰਾਏ ਨਹੀਂ, ਡੋਲੇ ਨਹੀਂ, ਛਿੜਕੇ ਨਹੀਂ, ਹੱਸ ਕੇ ਜਵਾਬ ਦਿੱਤਾ। ਪਹਿਲੀ ਗੱਲ ਤੇ ਇਹ ਆ ਕਿ ਸਾਨੂੰ ਇਹਨਾਂ ਕੱਚਿਆਂ ਪਿੱਲਿਆਂ ਮੁਗਲਾਂ ਦੇ ਉੱਤੇ ਤੁਹਾਡੇ ਵਰਗਿਆਂ ਦੇ ਉੱਤੇ ਝੂਠੇ ਨੰਦ ਵਰਗਿਆਂ ਉੱਤੇ ਇਤਬਾਰ ਨਹੀਂ ਕਿ ਸਾਨੂੰ ਛੱਡ ਦਿੱਤਾ ਜਾਵੇ, ਰਿਹਾ ਕਰ ਦਿੱਤਾ ਜਾਵੇ। ਠੀਕ ਹੈ ਜੇ ਰਿਹਾ ਕਰ ਵੀ ਦਿੰਦੇ ਹੋ, ਅਸੀਂ ਜੰਗਲਾਂ ਵਿੱਚ ਜਾਵਾਂਗੇ, ਖਿਦਰੀ ਪੁਦਰੀ ਕੌਮ ਨੂੰ ਇਕੱਠਿਆ ਕਰਾਂਗੇ, ਜਿਹੜੇ ਯੋਧੇ ਪੈਦਾ ਕਰਾਂਗੇ, ਅੰਮ੍ਰਿਤ ਤਿਆਰ ਕਰਕੇ ਖੰਡੇ ਦਾ ਅੰਮ੍ਰਿਤ ਦੇ ਕੇ ਆਪਣੇ ਬਾਪੂਆਂ ਬਹਾਦਰਾਂ ਦੀ ਫੌਜ ਕਰਕੇ ਜ਼ੁਲਮ ਦੇ ਖਿਲਾਫ ਉਹਨਾਂ ਚਿਰ ਤੱਕ ਲੜਦੇ ਰਹਾਂਗੇ ਜਿੰਨਾ ਚਿਰ ਤੱਕ ਰੱਬ ਦੀ ਬਣਾਈ ਧਰਤੀ ਤੋਂ ਜ਼ੁਲਮ ਖਤਮ ਨਹੀਂ ਹੋਦਾ। ਐਸਾ ਉੱਤਰ ਸੁਣਿਆ ਬਸ ਸੁੱਚਾ ਨੰਦ ਦੀ ਚਾਲ ਸਫਲ ਹੋ ਗਈ, ਕਿਉਂਕਿ ਗੁਲਾਮ ਸੀ, ਰਿਸ਼ਵਤ ਖੋਰ ਸੀ, ਉਹ ਸੱਪ ਨੂੰ ਮਾਰਨਾ ਤੇ ਸੱਪ ਦੇ ਬੱਚੇ ਨੂੰ ਕਹਿਣ ਲੱਗਾ ਕਿ ਸ਼ੇਰ ਗੁਰੂ ਦੇ ਸੂਰ ਦੇ ਪੁੱਤਰ ਨੇ। ਅੱਗੇ ਇੱਕ ਗੁਰੂ ਗੋਬਿੰਦ ਨੇ ਮੁਗਲੀਆ ਹਕੂਮਤ ਨੂੰ ਵਰਤ ਪਾਇਆ ਹੈ, ਵਜ਼ੀਰ ਸਾਹਿਬ ਇਸ ਤੋਂ ਪਹਿਲਾਂ ਕਿ ਰਿਹਾਈ ਦਾ ਹੁਕਮ ਦੇ ਮੋਜਰਾ ਸੋਚੋ ਇਹਨਾਂ ਦਾ ਉੱਤਰ
ਅਗਰ ਦੋ ਗੁਰੂ ਦੇ ਪੁੱਤਰ ਜਿਉਂਦੇ ਛੱਡ ਦਿੱਤੇ ਢੱਡੀਆਂ ਜਿਹੜਾ ਹਟਾ ਕੇ ਰੱਖ ਦੇਣਗੇ ਇਸ ਕਰਕੇ ਇਹਨਾਂ ਨੂੰ ਨੀਆਂ ਵਿੱਚ ਕਿੰਨਾ ਜਾਇਜ਼ ਫਤਵੇ ਦੇ ਉੱਤੇ ਮੋਹਰ ਲੱਗਦੇ ਜਾਓ ਛੱਡਿਆ ਉਹ ਗੁਜਰੀ ਦੇ ਪੋਤਰੀਆਂ ਨੂੰ ਇਹ ਦੁੱਖ ਆਇਆ ਇਹ ਕਰਮਾਂ ਵਾਲੀ ਉਹ ਮੁਰਦਾ ਰੋ ਪਿਆ ਤਗੇ ਦੀ ਦੇਖ ਦੁਨੀਆ ਲਾਂਬੋ ਚਿਖਾ ਨੂੰ ਲਾਇਆ ਤੇ ਆਪਣੀ ਜੋ ਕੁਝ ਕਰਦੇ ਨੇ ਆਪਣੇ ਕਰਦੇ ਨੇ ਕਿਸੇ ਬਦਾਨੇ ਵਿੱਚ ਇਹ ਤਾਕਤ ਨਹੀਂ ਹੁੰਦੀ ਅਸੀਂ ਪੜ੍ਹੇ ਲਿਖੇ ਹੋ ਕੇ ਵੀ ਮੂਰਖ ਬਣੀ ਜਾਂਦੇ ਅਮਰੀਕਾ ਵਰਗੀਆਂ ਕੰਟਰੀਆਂ ਵਿੱਚ ਦੁਹਾਈ ਦਿੰਦੇ ਜੀ ਪੰਜਾਬ ਦੇ ਵਿੱਚ ਨਸ਼ੇ ਬੜੇ ਆ ਦੁਹਾਈ ਦਿੰਦੇ ਜੀ ਪੰਜਾਬ ਵਿੱਚ ਸਿੱਖੀ ਨਹੀਂ ਰਹਿ ਗਈ ਉੱਥੇ ਤੀਏ ਦਿਨ ਗੁਰਦੁਆਰਿਆਂ ਦੇ ਵਿੱਚ ਪੱਗਾਂ ਲੱਗਦੀਆਂ ਕੈਨੇਡਾ ਵਿੱਚ ਜੁੱਤੀ ਖੜਕਦੀ ਭੁੱਖੇ ਮਰਦੇ ਲੋਕ ਕੈਨੇਡਾ ਵਿੱਚ ਮੈਂ ਪੰਜਾਬ ਦੀ ਧਰਤੀ ਤੋਂ ਗਏ ਦੇਖੇ ਜਿਹੜੀਆਂ ਬਿਲਡਿੰਗਾਂ ਬਣਾਉਣੀਆਂ ਉਹਨਾਂ ਨੇ ਗੁਰਦੁਆਰੇ ਖੋਲ ਕੇ ਗੁਰਦੁਆਰਿਆਂ ਦੀਆਂ ਗੋਲ ਖੋਲ ਜਾਗਣ ਦਾ ਯਤਨ ਕਰੋ ਕਰਮਾਂ ਵਾਲੀਓ ਨੇ ਗੁਰੂ ਦਾ ਗੋਲ ਸੀ ਗਰੀਬ ਦਾ ਮੂੰਹ ਪਰ ਹਾਲਾਤ ਕਿਹੋ ਜਿਹਾ ਬਣਾ ਦਿੱਤੇ ਆਦ ਕਾਲ ਤੋਂ ਤੁਹਾਡੀ ਲੁੱਟ ਹੁੰਦੀ ਆਈ ਏ ਤੁਹਾਡੀ ਕਸੁੱਟ ਹੁੰਦੀ ਆਈ ਏ ਪਰ ਮੇਰਾ ਵਾਹਿਗੁਰੂ ਜਾਗਦਾ ਏ ਗੁਰਬਾਣੀ ਕਹਿੰਦੀ ਸਤਿਗੁਰੂ ਜਾਗਦਾ ਹੈ ਦੇਦੇ ਜਲਾਦ ਲੋਕ ਨੂੰ ਲਾਗੀਆਂ ਕਰ ਜਾਂਦੇ ਨੇ ਦਰਦ ਭਰਿਆ ਗੀਤ ਕਹਿਣ ਲੱਗਾ ਤੇਰਾ ਪੋਹ ਦਾ ਦਿਨ ਚੜ ਗਿਆ ਸੋਚਿਓ ਜਰਾ ਬਾਰਾਂ ਪੋਹ ਵਾਲੀ ਤੇ ਤੇਰਾਂ ਪੋਹ ਵਾਲੀ ਬਿਜਲੀ ਰਾਤ ਦਾਦੀ ਮਾਂ ਦੇ ਪੋਤਿਆਂ ਨੂੰ ਲੈ ਕੇ ਕਿਵੇਂ ਗੁਜ਼ਾਰਿਆ ਪਤਾ ਲੱਗ ਗਿਆ ਦਾਦੀ ਮਾਂ ਅੱਜ ਵੀ ਅਸੀਂ ਦਾਦੇ ਦੀ ਪੱਗ ਨੂੰ ਦਾਜ ਨਹੀਂ ਲੱਗਣ ਦਿੱਤਾ ਪਰ ਫਤਵਾ ਲੱਗ ਗਿਆ ਏ ਕਿ ਕੱਲ ਨੂੰ ਝੂਠਾ ਆਨੰਦ ਵਰਗੇ ਸੱਚੇ ਆਨੰਦ ਵਰਗੇ ਕਹਿੰਦੇ ਨੇ ਕਿ ਗੁਰੂ ਦੀਆਂ ਪੁੱਤਰਾਂ ਨੂੰ ਨੀਆਂ ਵਿੱਚ ਚਿਣਦੇ ਹੋ ਦਾਦੀ ਮਾਂ ਸਾਨੂੰ ਚਿਣ ਦਿੱਤਾ ਜਾ ਸਾਰੀ ਰਾਤ ਬਹਾਦਰੀ ਦੀਆਂ ਗੱਲਾਂ ਹੁੰਦੀਆਂ ਰਹੀਆਂ ਦਿਨ ਚੜ੍ਹਿਆ ਨਿਮ ਨਿਮ ਕੀਤਾ ਇਹਦਾ ਤਿੰਨ ਸਰੀਰਾਂ ਨੇ ਸੂਰਜ ਚੜ੍ਹਦਿਆਂ ਹੀ ਉਧਰ ਕੰਧ ਉਸਰਨੀ ਸ਼ੁਰੂ ਹੋ ਗਈ ਏ ਆ ਗਏ ਨੇ ਸਿਪਾਹੀ ਖੁੱਲ ਗਿਆ ਬੂਹਾ ਪਰ ਦਾਦੀ ਨੇ ਬੜੇ ਹੌਸਲੇ ਦੇ ਨਾਲ ਜਦੋਂ ਪੋਤਰਿਆਂ ਨੂੰ ਤੋੜਿਆ ਨਾ ਕਰਮਾਂ ਵਾਲੀ ਔਰਤ ਇੱਕ ਮਮਤਾ ਦੀ ਮੂਰਤ ਹੈ ਧੀਓ ਔਰਤ ਇੱਕ ਪਿਆਰ ਦਾ ਮਜਸਮਾ ਹੈ ਮਾਂ ਗੁਜਰੀ ਦੇ ਅੰਦਰ ਦੀ ਮਮਤਾ ਜਿਹੜੀ ਏ ਉਹ ਉਛੜ ਕੇ ਕਰਮਾਂ ਵਾਲੀ ਉਹ ਬਾਹਰ ਆਈ ਏ ਜਦੋਂ ਸਹਿਜਾਦੇ ਮਾਂ ਨੂੰ ਮੱਥਾ ਟੇਕਣ ਲੱਗੇ ਨਾ ਇੱਕ ਗੀਤ ਸੁਣਿਆ ਹੁਣ ਦਰਦਾਂ ਭਜਿਆ ਤੇ ਉਸ ਵੇਲੇ ਮਾਂ ਗੁਜਰੀ ਨੂੰ ਆਪਣੀ ਨਾਂ ਰਾਣੀ ਗੁਰੂ ਕਲਗੀ ਘਰ ਦੇ ਵੱਡੇ ਮਹਿਲ ਸਾਡੇ ਸੰਸਾਰ ਵਿੱਚ ਮਾਤਾ ਮਾਤਾ ਜੀ ਨੂੰ ਯਾਦ ਆਉਂਦਾ ਉਹ ਬ੍ਰਹਮ ਦਾ ਗਿਆਨ ਲੈ ਕੇ ਉਸ ਬ੍ਰਹਮ ਦ੍ਰਿਸ਼ਟੀ ਦੇ ਨਾਲ ਇਸ ਧਰਤੀ ਤੇ ਇਹ ਦੁੱਖਾਂ ਦੇ ਭਾਣੇ ਵਾਪਰਨ ਤੋਂ ਪਹਿਲਾਂ ਹੀ ਕਰਮਾਂ ਵਾਲੇ ਉਹ ਸੱਚਖੰਡ ਪਿਆਨਾ ਕਰ ਗਏ ਸੀ ਇੰਨਾ ਕੰਬਲ ਹੋ ਗਿਆ ਕਿ ਦੋ ਸਾਲ ਦੇ ਫਤਿਹ ਸਿੰਘ ਨੂੰ ਸੱਚਖੰਡ ਜਾਣ ਤੋਂ ਪਹਿਲਾਂ ਮਾਂ ਗੁਜਰੀ ਦੀ ਝੋਲੀ ਵਿੱਚ ਪਾਇਆ ਦੂਸਰੇ ਵੱਡੇ ਚੁੱਕੇ ਨੇ ਦਾਦੀ ਅੰਮਾ ਤੇ ਮਾਂ ਨੇ ਇੱਕ ਗੱਲ ਕਹੀ ਸੀ ਧੀਏ ਖਿਡੌਣੇ ਵੀ ਦੇਵਾਂਗੀ ਮਠਿਆਈਆਂ ਵੀ ਦੇਵਾਂਗੀ ਪਾਣੀ ਵੀ ਸਿਖਾਵਾਂਗੀ ਕੱਪੜੇ ਵੀ ਵਧੀਆ ਪਾਵਾਂਗੀ ਬੜਾ ਕੁਝ ਤੇਰੇ ਪੁੱਤਰ ਨਾਲ ਲਾਡ ਪਿਆਰ ਕਰਾਂਗੀ ਪਰ ਜੇ ਇਹ ਪੁੱਛ ਲਿਆ ਮੇਰੀ ਮਾਂ ਕਿੱਥੇ ਮੇਰੀ ਬਚ ਗਈ ਮਾਤਾ ਗੁਜਰੀ ਬਸ ਹੁਣ ਇਹ ਕੋਮਲ ਜਿਹੜੀ ਦੁੱਖ ਸਹਾਰ ਨਹੀਂ ਸਕਦੀ ਸੱਚਖੰਡ ਦੇ ਪਿਆਰੇ ਆ ਕਿ ਤੂੰ ਜਾਣ ਕੇ ਤੇਰਾ ਫਰਜ਼ ਜਾਣੇ ਪਰ ਮੈਂ ਪੁੱਤਰ ਨੂੰ ਧਰਮ ਦੀ ਧੁਜਾ ਦੇ ਕੇ ਧਰਤੀ ਦੇ ਉੱਤੇ ਜ਼ੁਲਮ ਉੱਤੇ ਫਤਿਹ ਪਾਉਣ ਵਾਸਤੇ ਤੇਰੀ ਝੋਲੀ ਵਿੱਚ ਪਾ ਚੱਲੀ ਹੈ ਜਾਣਦੀ ਹੈ ਮਾਤਾ ਜੀ ਤੋਂ ਅੱਜ ਮਾਂ ਗੁਜਰੀ ਨੂੰ ਕਰਮਾਂ ਵਾਲੀ ਉਹ 5 ਸਾਲਾਂ ਦੇ ਬਾਅਦ ਆਪਣੀ ਨੌਂ ਰਾਣੀ ਕੀਤੇ ਆਈ ਸਹਿਜਾਦੇ ਠੰਡੇ ਬੁੱਝ ਦੀਆਂ ਪੌੜੀਆਂ ਉੱਤਰ ਰਹੇ ਨੇ ਮਾਂ ਗੁਜਰੀ ਨੂੰ ਨੌਂ ਰਾਣੀ ਕੀਤੇ ਆ ਗਈ ਆ ਗਏ ਅੱਖਾਂ ਵਿੱਚ ਪਿਆਰ ਦੇ ਦੋ ਹੰਝੂ ਅਰਸ਼ਾਂ ਵੱਲ ਨਜ਼ਰ ਮਾਰੀ ਆ ਨਹੀਂ ਮੇਰੀਏ ਧੀਏ ਰਾਣੀਏ ਔਰ 2 ਸਾਲ ਦਾ ਫਤਿਹ ਸਿੰਘ ਅੱਜ 7 ਸਾਲ ਦਾ ਹੋ ਕੇ ਹੋਣੀ ਦਾ ਲਾਵਾ ਲੈ ਕੇ ਸੱਚਖੰਡ ਕਰਨ ਲੱਗਾ ਮੇਰੀਏ ਬੱਚੇ ਮੌਤ ਨਾਲ ਲਾਵਾ ਲੈਣੀਆਂ ਘੋੜੀਆਂ ਦੇ ਸਹਾਗ ਮੈਂ ਕੱਲੀ ਜਾਵਾਂ ਮੇਰੀਏ ਬੱਚੇ ਸੱਚਖੰਡ ਵਿੱਚੋਂ 2 ਮਿੰਟੇ ਉਧਾਰੇ ਲੈ ਕੇ ਆ ਜਾ ਆਪਣੇ ਪੁੱਤਰਾਂ ਨੂੰ ਮੌਤ ਨਾਲ ਲਾਵਾ ਲੈਂਦਿਆਂ ਤੱਕ ਲਾ ਇੱਕ ਠੰਡੇ ਬੁਰਜ ਵਿੱਚੋਂ ਮਾਂ ਗੁਜਰੀ ਨੇ ਆਪਣੀ ਨੌ ਰਾਣੀ ਗੀਤਾਂ ਨੂੰ ਆਵਾਜ਼ਾਂ
ਢਾਡੀ ਕਲਾ ਦੀ ਇੱਕ ਸਰਮੌਰ ਰੀਤ ਹੈ ਜੋੜੇ ਦਾ ਸਾਕਾ ਜਿਹੜੀ ਸੰਸਾਰ ਦੇ ਤਕਰੀਬਨ 90% ਢਾਡੀਆਂ ਦੇ ਵੱਸ ਦੀ ਗੱਲ ਨਹੀਂ ਰਹਿ ਗਈ। ਮਾਫ ਕਰਨਾ ਇੱਥੇ ਕੋਈ ਹੰਕਾਰ ਵਾਲੀ ਗੱਲ ਨਹੀਂ ਗੁਰਮੁਖੋ, ਮੈਂ ਇਸ ਕਰਕੇ ਦੱਸ ਰਿਹਾ ਕਿ ਇਹ ਢਾਡੀ ਰੀਤਾਂ ਨੇ ਤੇ ਅੱਜ ਜਿਹੜਾ ਇਹ ਰੀਤਾਂ ਕਰਮਾਂ ਵਾਲੀ ਉਹ ਸਿੱਖਣੀਆਂ ਪੈਂਦੀਆਂ ਨੇ ਤੇ ਸਿੱਖਣ ਲਈ ਹੁਣ ਕਿਸੇ ਕੋਲ ਟਾਈਮ ਨਹੀਂ ਰਹਿ ਗਿਆ। ਭਾਈਚਾਰੇ ਦੇ ਅੰਦਰ, ਰਿਸ਼ਤੇਦਾਰੀਆਂ ਦੇ ਅੰਦਰ ਤਸਦੋੜ ਕਿਹੜੀ ਗੱਲ ਦੀ ਹੈ, ਪਰ ਜਿਨ੍ਹਾਂ ਨੇ ਸਿੱਖਿਆ ਇਹ ਨਾ ਦਰਦ ਵੀ ਉਹਨਾਂ ਦੇ ਦਿਲ ਦੇ ਉੱਤੇ ਹੁੰਦਾ ਹੈ। ਜਿਹੜਾ ਸਤਿਗੁਰ ਬਖਸ਼ਣ ਹਾਰਾ ਬਖਸ਼ ਦੇਵੇ ਨਾ ਹੁਣ ਸੁਣਨਾ ਜ਼ਰਾ, ਖੂਨਣ ਕੰਧ ਕਿੱਦਾਂ ਉਸ ਸੂਈ ਤੇਰਾ ਬੋਲ। ਇਹ ਜੋੜੇ ਦੇ ਸਾਥੀ ਵਿੱਚ ਅਸੀਂ ਕਹਿਣਾ ਹੈ ਔਰ ਧੰਨਵਾਦ ਹੈ ਵੱਡੇ ਵੀਰ ਅਰਨਜੀਤ ਸਿੰਘ ਜੀ ਹੋਣਾ ਦਾ, ਮੈਂ ਵੀਰ ਗੁਰਦੀਪ ਸਿੰਘ ਸਾਹਿਬ ਜੀ ਹੋਣਾ ਦਾ ਧੰਨਵਾਦ ਕਰਾਂਗਾ। ਆਪ ਸੰਗਤਾਂ ਨੇ ਇਹਨਾਂ ਨੂੰ ਹੁਕਮ ਲਾਇਆ ਤੇ ਇਹਨਾਂ ਨੇ ਕਰਮਾਂ ਵਾਲੇ ਉਹ ਛੋਟੇ ਵੀਰ ਜਾਣ ਕੇ ਸਾਨੂੰ ਹੁਕਮ ਲਾ ਦਿੱਤਾ ਵੀ ਐਤਕੀ ਇੰਨਾ ਟਾਈਮ ਲੈਣਾ ਹੈ। ਭਾਈ ਹੁਣ ਵਾਹਿਗੁਰੂ ਨੇ ਕਿਰਪਾ ਕੀਤੀ, ਇਹ ਸਤਿਗੁਰੂ ਨੇ ਤੁਹਾਡੇ ਅੰਦਰ ਪ੍ਰੇਰਨਾ ਕੀਤੀ, ਤੁਸਾਂ ਨੇ ਇਹਨਾਂ ਨੂੰ ਹੁਕਮ ਲਾ ਦਿੱਤਾ, ਇਹਨਾਂ ਨੇ ਸਾਨੂੰ ਲਾ ਦਿੱਤਾ। ਅਸੀਂ ਪ੍ਰਬੰਧਕ ਕਮੇਟੀ ਰੱਬ ਵਰਗੀਆਂ ਸੰਗਤਾਂ ਤੇ ਗੁਰੂ ਪਿਤਾ ਦਾ ਹੁਕਮ ਪਾ ਕੇ ਤੁਹਾਡੇ ਚਰਨਾਂ ਵਿੱਚ ਆਏ ਹਾਂ, ਪਰ ਆਪਾਂ ਹੁਣ ਇਹ ਸਮਾਂ ਜਿਹੜਾ ਹੈ ਨਾ ਤਕਰੀਬਨ 57 ਡੇ 57 ਦਿਨ ਹੋ ਗਏ ਨੇ ਤੁਹਾਡੇ ਚਰਨਾਂ ਵਿੱਚ ਸੇਵਾ ਕਰਦਿਆਂ, ਮਹੀਨਾ ਇੱਕ ਰਹਿ ਗਿਆ ਤੇ ਆਹ ਗੱਲਾਂ ਜਿਹੜੀਆਂ ਨੇ ਇਹ ਐਵੇਂ ਪ੍ਰਾਪਤ ਨਹੀਂ ਹੋ ਜਾਂਦੀਆਂ, ਬੜੀ ਵੱਡੀ ਘਟਨਾ ਘਟਣੀ ਪੈਂਦੀ ਹੈ। ਪ੍ਰਿੰਸੀਪਲ ਗੰਗਾ ਸਿੰਘ ਜੀ ਨੂੰ ਕਿਸੇ ਨੇ ਪੁੱਛਿਆ ਕਿ ਜੇ ਸੰਗਤ ਵਿੱਚ ਇੱਕ ਘੰਟਾ ਬੋਲਣਾ ਹੋਵੇ ਤੇ ਉਹਦੇ ਵਾਸਤੇ ਮੌਕੇ ਦੇ ਉੱਤੇ ਤੁਹਾਨੂੰ ਕਿੰਨੀ ਤਿਆਰੀ ਕਰਨੀ ਪੈਂਦੀ? ਉਹ ਕਹਿੰਦੇ ਪੜ੍ਹਦੇ ਤੇ ਅਸੀਂ ਸਾਰੀ ਜ਼ਿੰਦਗੀ ਆ, ਪਰ ਜਦੋਂ ਇੱਕ ਘੰਟਾ ਲੈਕਚਰ ਦੇਣਾ ਹੋਵੇ ਨਾ ਉਦੋਂ ਸਾਨੂੰ 10 ਘੰਟੇ ਪੜ੍ਹਾਈ ਕਰਨੀ ਪੈਂਦੀ ਹੈ, ਕਿਉਂਕਿ ਅੱਜ ਯੁੱਗ ਇਹੋ ਜਿਹਾ ਆ ਗਿਆ ਹੈ ਕਰਮਾਂ ਵਾਲਿਓ। ਤੁਹਾਡੀ 1,00,000 ਦਲੀਲ ਭਾਵੇਂ ਉਹ ਕਿੰਨੀ ਵੀ ਕਿਉਂ ਨਾ ਗੁਰਮਤਿ ਕਸਵੱਟੀ ਦੇ ਉੱਤੇ ਪੂਰੀ ਉਤਰਦੀ ਹੋਵੇ, ਉਹਨੇ ਕਿਸੇ ਦੀ ਸ਼ਾਬਾਸ਼ ਨਹੀਂ ਉਹ ਦੇਣੀ। ਕਿਤੇ ਬੰਦਾ ਭੁੱਲਣ ਹਾਰ ਇੱਕ ਨਿੱਕੀ ਜਿਹੀ ਵੀ ਮਿਸਟੇਕ ਹੋ ਗਈ ਨਾ, ਬਸ ਉੱਥੋਂ ਹੀ ਫਿਰ ਅਸੀਂ ਗੁਰੂ ਦੀ ਸੰਗਤ ਅਗਲੇ ਦਿਨ ਲੀੜੇ ਪਾਣ ਚਲੇ, ਹਾਲਾਤ ਇਹੋ ਜਿਹੇ ਪੈਦਾ ਹੋ ਗਏ। ਇਸ ਕਰਕੇ ਦਾਦੇ ਦੇ ਚਰਨਾਂ ਵਿੱਚ ਤਰਲਾ ਕਰਕੇ ਜੋਤੀ ਕਰਕੇ ਖੜੇ ਹੋਈਦਾ ਏ। ਇਹ ਦੀਨ ਦੁਨੀਆ ਮਾਲਕਾ ਪਤਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਦੀਆਂ ਮਧੂ ਸਤਿਗੁਰੂ ਸਭ ਤੋਂ ਆਪ ਆਪਣੀ ਕਿਰਪਾ ਨਾ ਕਰਾਉਣਾ। ਆਓ ਬੇਨਤੀ ਕਰਾਂ, ਇਹ ਰੀਤਾਂ ਅਸੀਂ ਪਾ ਲਾ ਰਹੇ ਹਾਂ। ਭਾਈ ਸਾਹਿਬ ਜੀ ਬੜੀ ਮਿਹਨਤ ਕਰਕੇ ਇਹਨਾਂ ਨੂੰ ਯੂਟਿਊਬ ਦੇ ਉੱਤੇ ਪਾ ਦਿੰਦੇ ਨੇ ਔਰ ਘੱਟੋ ਘੱਟ ਇਹਨਾਂ 57 ਦਿਨਾਂ ਦੇ ਅੰਦਰ ਸਾਨੂੰ ਕਰਮਾਂ ਵਾਲਿਓ 1,000 ਉੱਪਰ ਤੋਂ ਢਾਡੀਆਂ ਦੇ ਜਿਹੜੇ ਬੱਚੇ ਢਾਡੀਆਂ ਪੈਦਾ ਹੋ ਗਏ, ਕਹਿੰਦੇ ਜੀ ਤੁਹਾਡੀਆਂ ਰੀਤਾਂ ਹੀ ਜਿਹੜੀਆਂ ਤੁਸੀਂ ਗਾਉਂਦੇ ਹੋ ਨਾ ਉਹਨਾਂ ਨੂੰ ਅਸੀਂ ਸਾਨੂੰ ਬੜਾ ਕੁਝ ਲਾਹਾ ਲੈ ਰਹੇ ਹਾਂ। ਮੈਂ ਕਿਹਾ ਵੀ ਇਹਨਾਂ ਚੋਰੀ ਕਿਉਂ ਕਰਦੇ ਹੋ, ਏਦਾਂ ਘਰੇ ਬੈਠੇ ਇਹਨਾਂ ਰੀਤਾਂ ਤੋਂ ਤੁਸੀਂ ਯਤਨ ਕਰਦੇ ਹੋ, ਯਤਨ ਕਰਿਆ ਕਰੋ, ਅਸੀਂ ਕਿਹੜਾ ਕਿਸੇ ਤੋਂ ਫੀਸ ਲੈਂਦੇ ਹਾਂ। ਆ ਜਾਣਾ ਹੈ ਗੁਰੂ ਕਿਰਪਾ ਦੇ ਨਾਲ ਪੰਜਾਬ ਇੰਡੀਆ, ਆਓ ਕਰਮਾਂ ਵਾਲਿਓ ਪ੍ਰਸ਼ਾਦਾ ਪਾਣੀ ਵੀ ਮਿਲੇਗਾ ਤੇ ਤੁਹਾਨੂੰ ਪਿਆਰ ਦੇ ਨਾਲ ਇਹ ਰੀਤਾਂ ਵੀ ਸਿਖਾਵਾਂਗੇ।
ਕਿਉਂਕਿ ਮੈਂ ਨਹੀਂ ਦੇਣਾ। ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੁੰਦਾ ਹੈ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਕਲਾ ਇਸ ਸਟੇਜ ਉੱਤੇ ਲਿਆਂਦੀ ਹੈ ਤੇ ਇਸ ਕਰਕੇ ਕਰਮਾਂ ਵਾਲਿਓ ਇਹਦਾ ਸਤਿਕਾਰ ਜਿਹੜਾ ਹੈ ਉਹ ਕੌਮਾਂ ਕਰਦੀਆਂ ਨੇ, ਸੰਗਤਾਂ ਕਰਦੀਆਂ ਨੇ। ਆਹ ਮੈਂ ਜਿਹੜੀ ਬੇਨਤੀ ਕਰ ਰਿਹਾ, ਮਾਂ ਆਪਣੀ ਨੌਂ ਨੂੰ ਆਵਾਜ਼ਾਂ ਮਾਰ ਰਹੀ ਹੈ, ਸਹਿਬਜ਼ਾਦੇ ਮਾਂ ਦੀਆਂ ਅੱਖਾਂ ਤੋਂ ਦੂਰ ਹੋ ਗਏ। ਕਹਿੰਦੇ ਉਹਨਾਂ ਨੂੰ ਧੁੰਦ ਬੜੀ ਸੀ ਪਰ ਧੁੰਦ ਵੀ ਕਰਮਾਂ ਵਾਲਿਓ ਕਾਲੇ ਰੰਗ ਦੀ, ਪਰ ਰਾਤ ਨੂੰ ਲਾਲ ਰੰਗ ਦੀ ਹਨੇਰੀ ਆਈ ਹੈ। ਇਹ ਨੂਰਾ ਭੈਣ ਨੇ ਨੂਰੇ ਨੂੰ ਦੱਸਿਆ ਸੀ ਜਦੋਂ ਕਲਗੀਆਂ ਵਾਲੇ ਨੇ ਰਾਏਪੁਰ ਤੋਂ ਰਾਏ ਕੱਲੇ ਦੇ ਲੋਕ ਮਾਹੀ ਮੱਝਾਂ ਚਾਰਨ ਵਾਲੇ ਨੇ ਘੱਲਿਆ ਨਾ ਕਿ ਮੇਰੇ ਸਹਿਬਜ਼ਾਦਿਆਂ ਦੀ ਖਬਰ ਲਿਆ। ਅਗਵਾਈਆਂ ਇਸ ਗੱਲ ਦੀਆਂ ਕਿਉਂਕਿ ਸੰਗਤ ਇਤਿਹਾਸ ਦਿੰਦਾ ਹੈ। ਕਹਿੰਦੇ 13 ਪੋ ਦਾ ਦਿਨ ਜਦ ਚੜਿਆ ਦੋਨੋਂ ਹੀ ਵੀਰ ਤਿਆਰ ਹੋਏ, ਉਹ ਮੌਤ ਦੀਆਂ ਪ੍ਰਕਰਮਾ ਕਰਕੇ ਸੋਚ ਸਾਗਰੋਂ ਪਾਰ ਹੋਏ, ਪਹਿਰੇ ਤਲਵਾਰਾਂ ਦੇ ਥੱਲੇ ਲੈ ਤੋਰ ਮਸੂਮ ਦਮੇ ਲੈਕੇ ਵੱਲ ਦੁਆਰਾ ਚੱਲੇ, ਕਦੇ ਹੋਵਣ ਮਾਫ ਨਹੀਂ ਵਿਗੜੇ ਨੀਅਤ ਦੇ ਦਿਲ ਖੋਟੇ, ਕਿਉਂ ਤੇ ਵਿੱਚ ਨੀਆਂ ਦੇ ਪੋਤੇ ਮਾਂ ਗੁਜਰੀ ਦੇ ਛੋਟੇ। ਆਉਂਦੇ ਕੰਡ ਪਿੱਛੇ ਹੋਰ ਸੁਣੀਏ, ਸਰਕਾਰੀ ਪੈਸਾ ਲੱਗਾ ਹੋਇਆ, ਸਰਕਾਰੀ ਕਾਰੀਗਰ ਆ ਗਏ ਔਰ ਕਾਰੀਗਰਾਂ ਨੂੰ ਇੱਕ ਖਾਸ ਹਦਾਇਤ ਦਿੱਤੀ ਗਈ ਹੈ ਸਰਕਾਰ ਵੱਲੋਂ। ਅਜਿਹੀਆਂ ਇੱਟਾਂ ਹੀ ਨਾ ਇਹ ਸਰਕਾਰ ਦੇ ਪੈਸੇ ਤਾਂ ਆਈਆਂ ਨੇ, ਇਹ ਸਰਕਾਰ ਪਬਲਿਕ ਦੇ ਕੋਲੋਂ ਟੈਕਸ ਲੈਂਦੀ ਹੈ, ਟੈਕਸ ਵਸੂਲਦੀ ਹੈ, ਭਾਵੇਂ ਮੁਕਲੀਆ ਹਕੂਮਤ ਧੱਕੇ ਨਾਲ ਗ੍ਰਹੀਆਂ ਕਰਦੀ ਸੀ, ਲੋਕਾਂ ਦੇ ਲਹੂ ਨੋਚ ਲੈਂਦੀ ਸੀ। ਇਸ ਕਰਕੇ ਇੱਕ ਵੀ ਕਾਂਡੀ ਜਿਹੜੀ ਇਹ ਸੀਮੈਂਟ ਚੂਨੇ ਦੀ ਖਰਾਬ ਨਹੀਂ ਹੋਣੀ ਚਾਹੀਦੀ ਤੇ ਇੱਕ ਵੀ ਉੱਤੇ ਸਿਰੇ ਨਾਲ ਤੋੜਨਾ ਨਹੀਂ। ਧਿਆਨ ਦਿਓ ਇਹ ਕਾਰੀਗਰ ਨੇ ਆਖਿਆ ਮੈਂ ਲੇਬਲ ਕਿਵੇਂ ਬਣਾਵਾਂ, ਉਹਨਾਂ ਨੂੰ ਇਹੋ ਜਿਹੀਆਂ ਤਿੱਖੀਆਂ ਤੇਸੀਆਂ ਲਿਆੜ ਕੇ ਦਿੱਤੀਆਂ ਗਈਆਂ ਕਿ ਮਾਂ ਗੁਜਰੀ ਦੇ ਪੋਤਰਿਆਂ ਦੇ ਚਿੱਟੇ ਜਿਹੜੇ ਨੇ ਇਹ ਨੀਂਦ ਦੇ ਵਿੱਚ ਰੁਕਾਵਟ ਬਣਦੇ ਹੋਣ, ਇਹਨਾਂ ਤਿੱਖੀਆਂ ਤੇਸੀਆਂ ਦੇ ਨਾਲ ਚਿੱਟੇ ਝਾੜਦੇ ਨੇ। ਜੇ ਗੋਡਿਆਂ ਦੀਆਂ ਚੱਪੜੀਆਂ ਜਿਹੜੀਆਂ ਨੇ ਇਹ ਰੁਕਾਵਟ ਬਣਦੀਆਂ ਹੁਣ, ਕੰਧ ਉਸਾਰਨ ਦੇ ਵਿੱਚ ਮਾਰ ਮਾਰ ਕੇ ਤਿੱਖੀਆਂ ਤੇਸੀਆਂ ਚੱਪੜੀਆਂ ਉਡਾਰਿਓ, ਪਰ ਵੇਖਿਓ ਕਿਤੇ ਭੁੱਲ ਕੇ ਵੀ ਸਰਕਾਰੀ ਰੇਟ ਨੂੰ ਵੱਡਾ ਨਾ ਲਾਇਓ। ਜਲਾਦਾਂ ਨੇ, ਕਾਰੀਗਰਾਂ ਨੇ, ਸਿਪਾਹੀਆਂ ਨੇ ਹੁਕਮ ਕੀਤਾ ਨਹੀਂ ਕੀਤੀ, ਆਓ ਪੱਜੀਏ ਸਿੱਖ ਨੂੰ, ਸਿੱਖ ਦੇ ਬੱਚੇ ਨੂੰ ਜ਼ਿੰਦਗੀ ਭਰ ਤੇਰਾ ਕੋਈ ਜੇ ਭੁੱਲਣਾ ਚਾਹੀਦਾ ਕਰਮਾਂ ਵਾਲਿਓ, ਅੱਜ ਇਹ ਗੁਰੂ ਅਹਿਮਾਂ ਵਾਲੇ ਵੀ ਤੇਰਾ ਸਲਾਮਾਂ ਕਰਦੇ ਨੇ, ਇਸ ਕੁਰਬਾਨੀ ਨੂੰ ਸਲਾਮਾਂ ਕਰਦੇ ਨੇ ਹਿੰਦੁਸਤਾਨ ਦੇ ਲੋਕੋ। ਅੱਜ ਤੱਕ ਰਾਜ ਹੁੰਦਾ ਮੁਗਲਾਂ ਰੰਗੜਾਂ ਗੁਜਰਾਂ ਦਾ, ਜੇ ਨਾ ਪਟੜੇ ਆਉਂਦੇ ਗੁਜਰੀ ਦੇ ਦਲਾਰੇ, ਰੌਣਕ ਰਹਿਣੀ ਨਹੀਂ ਸੀ ਚੰਦ ਜਹੇ ਚਾਂਦਨੀ ਚੌਂਕ ਦੀ, ਜੇ ਨਾ ਬਾਪੂ ਕਰਦਾ ਦਿੱਲੀ ਵੱਲ ਪਿਆਰੇ, ਤੇ ਜੇ ਨਾ ਪਿੰਜਰੇ ਭੰਨਦਾ ਆਪਣੇ ਤਿੱਖਿਆਂ ਤੀਰਾਂ ਦਾ, ਅੱਜ ਤੱਕ ਕੈਦੀ ਰਹਿੰਦੇ ਪੰਛੀ ਭੌਰ। ਔਰੰਗਜ਼ੇਬ ਦੀ ਜ਼ੁਲਮੀ ਪਰਿਵਾਰ ਨੇ ਕਦੇ ਭਾਰਤ ਦੁਨੀਆ ਦੇ ਨਕਸ਼ੇ 'ਤੇ ਰਹਿਣ ਦੇਣਾ ਸੀ, ਮਾਣਕਾਰੀ ਗੱਲ ਤੱਕ ਰਹਿੰਦੇ ਆ। ਆਓ ਮਾਣ ਕਰੀਏ ਕਰਜ਼ੀ ਭਰਦਿਆਂ ਲਾਲਾਂ ਦੇ ਉੱਤੇ, ਲਓ ਜੀ ਨੀ ਆ ਗਈ। ਤੇ ਇੱਕ ਗੱਲ ਇਹ ਵੀ ਸੁਣ ਲਓ, ਸਾਧ ਸੰਗਤ ਜੀ ਬਹੁਤੇ ਪ੍ਰਚਾਰਕ ਇੱਥੇ ਇੱਕ ਬੜਾ ਭੁਲੇਖਾ ਖਾ ਜਾਂਦੇ ਨੇ, ਅਸੀਂ ਕੌਮ ਵਾਲੇ ਭੁਲੇਖਾ ਖਾ ਜਾਂਦੇ ਹਾਂ। ਕੱਲ੍ਹ ਗੱਲ ਕਰਦੇ ਹਾਂ ਲਾਲਾਂ ਨੂੰ ਕੰਧਾਂ ਦੇ ਉੱਤੇ ਕਿਹਾ, ਕੰਧਾਂ ਦੇ ਲਓ ਹੁਣ ਸੁਣਨਾ ਜ਼ਰਾ ਧਿਆਨ ਦੇ ਨਾਲ। ਕੰਧ ਦਾ ਲੇਵਲ ਜਿਹੜਾ ਜ਼ਮੀਨ ਤੱਕ ਆ ਗਿਆ ਹੈ, ਤੇ ਕਵੀ ਨੇ ਚਾਰ ਲਾਈਨਾਂ ਲਿਖੀਆਂ ਨੇ ਕਿ 13 ਪੋ ਦੇ ਦਿਨ ਉਹ ਖੂਨੀ ਕਾਂਡ ਜ਼ਾਲਮਾਂ ਨੇ ਸਰਹੰਦ ਦੀ ਧਰਤੀ ਵਿੱਚ ਕਿਵੇਂ ਵੜਾਇਆ। ਸੁਣਿਓ ਜ਼ਰਾ ਪਿਆਰ ਦੇ ਨਾਲ ਇਹ ਬੇਨਤੀ ਕੀਤੀ ਜਾ ਰਹੀ ਹੈ, ਮਾਂ ਗੁਜਰੀ ਦੇ ਲਾਲ ਆ ਕੌਮ ਦੇ ਮਹਾਨਾਂ ਦੀਆਂ ਨੀਆਂ ਮਜ਼ਬੂਤ ਕਰਨ ਵਾਸਤੇ ਬਾਬਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਆਪਣੀ ਘੋਲ ਕਮਾਈ ਏ।
ਕਿਰਪਾ ਕੀਤੀ ਹੈ ਇਹ ਕਾਂਡ ਹੈ ਖੂਨੀ ਕਾਂਡ ਕੌਮ ਦਾ ਦਰਦ ਭਰਿਆ ਕਾਂਡ ਤੇ ਬਾਬਾ ਫਤਿਹ ਸਿੰਘ ਨੇ ਆਖਿਆ ਵੀਰਾ ਮੈਂ ਸਰੀਰ ਦੇ ਵਿੱਚ ਛੋਟਾ ਹਾਂ ਸ਼ਾਇਦ ਤੇਰੇ ਚਿਹਰੇ ਦੇ ਉੱਤੇ ਨਿਰਾਸ਼ਾ ਇਸੇ ਕਰਕੇ ਆਈ ਹੈ ਹਾਂ ਵੀਰਾ ਵਾਰੀ ਮੇਰੀ ਇਹ ਪਰ ਕੇ ਪਾਪੜ ਕੰਧ ਮੇਰੇ ਤੋਂ ਪਹਿਲਾਂ ਤੈਨੂੰ ਖਤਮ ਕਰ ਦੇਵੇਗੀ ਇਤਿਹਾਸ ਦੇ ਬੋਲ ਦੇ ਸਾਥ ਸੰਗ ਜੀ ਫਿਰ ਦੋਵਾਂ ਭਾਈਆਂ ਨੇ ਅਰਦਾਸ ਕੀਤੀ ਜੋਰਾਵਰ ਸਿੰਘ ਤੋਂ ਪਹਿਲਾਂ ਫਤਿਹ ਸਿੰਘ ਕਿਵੇਂ ਲਾੜੀ ਨਾਲ ਲਾਵਾਂ ਲੈ ਸਕਦਾ ਕੰਧ ਡਿੱਗ ਪਈ ਪੜੋ ਭਾਈ ਜਿਹੜੇ ਵਿਦਵਾਨ ਨੇ ਨਾ ਜਿਨ੍ਹਾਂ ਨੇ ਗ੍ਰੰਥ ਲਿਖੇ ਨੇ ਉਹ ਕਰਮਾਂ ਵਾਲੀ ਉਹ ਗੱਲ ਕਹਿੰਦੇ ਨੇ ਕਿ ਬੇਹੋਸ਼ ਹੋਏ ਸਾਹਿਬ ਦਾਦਿਆਂ ਨੂੰ ਦੁੱਧ ਵਿੱਚ ਮਮਿਆਈ ਘੋਲ ਕੇ ਪਿਆਈ ਉਹਦੇ ਨਾਲ ਬੱਚਿਆਂ ਨੂੰ ਹੋਸ਼ ਹੋਸ਼ ਲਿਆਂਦਾ ਗਿਆ ਜਦੋਂ ਐਨਰਜੀ ਆਈ ਉਹਨਾਂ ਨੇ ਅੱਖਾਂ ਖੋਲੀਆਂ ਫਿਰ ਉਹਨਾਂ ਨੂੰ ਲਾਲ ਕੇ ਦਿੱਤੇ ਗਏ ਡਰਾਇਆ ਗਿਆ ਧਮਕਾਇਆ ਗਿਆ ਪਰ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੋਇਆ ਦੂਜੀ ਵਾਰ ਫਿਰ ਕੰਧ ਉਸਾਰੀ ਜਦ ਬਾਬਾ ਫਤਿਹ ਸਿੰਘ ਦੇ ਗਲ ਤੱਕ ਕੰਧ ਆਉਂਦੀ ਇਹ ਕੰਧ ਡਿੱਗ ਪੈਂਦੀ ਹੈ ਸ਼ਾਮਾਂ ਪੈਣ ਵਾਲੀਆਂ ਨੇ ਐਲਾਨ ਕਰ ਦਿੱਤਾ ਸਰਕਾਰ ਨੇ ਕੋਈ ਅੱਗੇ ਆਵੇ ਮੂੰਹ ਮੰਗਿਆ ਇਨਾਮ ਮਿਲੇਗਾ ਗੁਰੂ ਦੀਆਂ ਪੁੱਤਰਾਂ ਨੂੰ ਮਾਂ ਗੁਰੂ ਦੀਆਂ ਪੋਤਰੀਆਂ ਨੂੰ ਕਤਲ ਕਰ ਦਿੱਤਾ ਜਾ ਵੇਖੋ ਕਰਮਾਂ ਵਾਲੀ ਉਹ ਰੱਬ ਨੇ ਇਨਸਾਨ ਬਣਾਇਆ ਔਰ ਮਹਾਰਾਜ ਦੀ ਬਾਣੀ ਇਹ ਗੱਲ ਕਹਿੰਦੀ ਹੈ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਥਾਂ ਥਾਂ ਦੇ ਉੱਤੇ ਪੁਕਾਰਿਆ ਡਾਰਿਆ ਮੇਰੇ ਗੁਰੂ ਦੀ ਬਾਣੀ ਕਹਿੰਦੀ ਇਹ ਘੱਟ ਘੱਟ ਮੈਂ ਹਰ ਜੂ ਵਸੇ ਸੰਤਨ ਕਿਹੋ ਪੁਕਾਰ ਵਾਹ ਮੇਰੇ ਦਾਤਾ ਤੂੰ ਇਹੋ ਜਿਹੇ ਮਨੁੱਖ ਵੀ ਧਰਤੀ ਦੇ ਉੱਤੇ ਬਣਾਏ ਦੋ ਪੱਥਰ ਦਿਲ ਜਲਾਲ ਗੁਰੂ ਦੀ ਸੰਗਤ ਦੇ ਸਮਾਣੇ ਦੇ ਰਹਿਣ ਵਾਲੇ ਇਹ ਪਹਾੜੇ ਦੇ ਕਾਤਲ ਪੈਸੇ ਲੈ ਕੇ ਬੜਾ ਕੁਝ ਕਰ ਦਿੰਦੇ ਸੀ ਸਰਹੱਦ ਦੀ ਕਚਹਿਰੀ ਵਿੱਚ ਇਹਨਾਂ ਦਾ ਮੁਕਦਮਾ ਚੱਲਦਾ ਹੈ ਆ ਗਿਆ ਵਜ਼ੀਰੇ ਦੇ ਸਾਹਮਣੇ ਕਿ ਸਰਕਾਰ ਮੁਕਦਮਾ ਵਾਪਸ ਲੈ ਲਵੇ ਤੇ ਇਨਾਮ ਵਾਲੀ ਰਕਮ ਸਾਨੂੰ ਦੇ ਦੇਵੇ ਸਾਨੂੰ ਰਿਹਾ ਕਰ ਦਿੱਤਾ ਜਾਵੇ ਬਿਨਾਂ ਸ਼ਰਤ ਅਸੀਂ ਇਹ ਕਾਂਡ ਕਰਨ ਵਾਸਤੇ ਤਿਆਰ ਹਾਂ ਫਿਰ ਇਹਨਾਂ ਨੇ ਕਰਮਾਂ ਵਾਲੀਓ ਤਿੱਖੀਆਂ ਛੁਰੀਆਂ ਲੈ ਕੇ ਗੁਰੂ ਦੀਆਂ ਲਾਲਾਂ ਨੂੰ ਕਿਵੇਂ ਸ਼ਹੀਦ ਕੀਤਾ ਇਸ ਕਾਂਡ ਦਾ ਆਖਰੀ ਸੀਨ ਜਿਹੜਾ ਹੈ ਉਹ ਅਸੀਂ ਕੱਲ੍ਹ ਬਿਆਨ ਕਰਾਂਗੇ।